ਹਾਂਜੀ ਬਾਬਿਓ ਉੱਠ ਗਏ ਸਾਡੇ ਮੁੰਡੇ ਇਹ ਪਾਰਟ 2 ਆਉਣ ਲੱਗਿਆ ਕਹਿੰਦੇ ਪੰਜਾਬ ਤੋਂ ਯੂਪੀ ਬਲੌਗ ਦਾ ਜੁੜੇ ਰਹਿਣ ਨਾਲ ਨਾਲ ਦਿਖਾਉਂਦੇ ਆ ਤੁਹਾਨੂੰ ਅੱਜ ਕੀ ਕਰਦੇ ਆ ਅਸੀਂ ਕੁਝ ਨਵਾਂ ਹੀ ਆਊ ਉੱਠ ਗਏ ਮੁੰਡੇ ਉੱਠ ਕੇ ਤਿਆਰੀਆਂ ਖਿੱਚਣ ਲੱਗੇ ਹੋਏ ਨੇ ਕਹਿੰਦੇ ਦੂਜਾ ਦਿਨ ਜਾਣਾ ਹੈ 350 ਕਿਲੋਮੀਟਰ ਤੈਅ ਕਰਕੇ ਆਏ ਆ ਕੱਲ ਮੁੰਡੇ ਥੱਕ ਗਏ ਸੀ ਹੁਣ ਸਟੇ ਲਈ ਸੀ ਆਹ ਦੇਖੋ ਚਿਣੀ ਜਾਂਦਾ ਪਰਨਾ ਸੁੱਖ ਰੰਗੀ ਕਹਿੰਦੇ ਆਹ ਦੇਖੋ ਸਾਡਾ ਡਰਾਈਵਰ ਆਹ ਫੋਨ 'ਚ ਹੀ ਲੱਗਿਆ ਰਹਿੰਦਾ ਪਤਾ ਨਹੀਂ ਇਹਦੇ ਕੀ ਕਿੰਨੇ ਕੁ ਬਿਜ਼ਨਸ ਚੱਲਦੇ ਆ ਚਲੋ ਫਿਰ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਜਾ ਕੇ ਕੀ ਹੁੰਦਾ ਹੈ ਚੱਲਦੇ ਹਾਂ ਆਪਣਾ ਦਿਖਾਈਏ ਤੁਹਾਨੂੰ ਉੱਠ ਕੇ ਥੋੜ੍ਹਾ ਜਿਹਾ ਵਿਊ ਆਹ ਦੇਖੋ ਬਾਬੇ ਹਲਚਲ ਪੂਰੀ ਹੈ ਕਹਿੰਦੇ ਆਪਣੇ ਕਾਰਤੂਸ ਲਾਇਆ ਹੋਇਆ ਹੈ ਪਾਰਕਿੰਗ 'ਚ ਅੰਦਰ ਲਵਾਏ ਹੋਟਲ ਦੇ ਹੋਟਲ ਰੈਗਲ ਆ ਬਾਈ ਇੱਥੇ ਵਧੀਆ ਹੋਟਲ ਹੈ ਇੱਥੇ ਜੇ ਕਿਸੇ ਨੇ ਆਉਣਾ ਹੋਵੇ ਵਧੀਆ ਹੈ ਸਸਤਾ ਹੈ ਸਭ ਨਾਲੋਂ ਵਧੀਆ ਮਿਲ ਜੂਗਾ ਤੁਹਾਨੂੰ ਰੋਡ ਦੇ ਉੱਪਰ ਹੈ ਬਿਲਕੁਲ ਲੋਕੇਸ਼ਨ ਘੈਂਟ ਸਾਰਿਆਂ ਨਾਲੋਂ ਚਲੋ ਫਿਰ ਅੱਗੇ ਦਿਖਾਉਂਦੇ ਹਾਂ ਹੁਣ ਅਸੀਂ ਚਾਲੇ ਪਾਉਂਦੇ ਹਾਂ ਇੱਥੋਂ ਦਿਖਾਉਂਦੇ ਹਾਂ ਕਿੱਥੇ ਨੂੰ ਜਾਵਾਂ ਲਓ ਜੀ ਮੁੰਡੇ ਘਰ ਲੰਘ ਗਏ ਬ੍ਰੇਕਫਾਸਟ ਕਹਿੰਦੇ ਪਰੌਂਠੇ ਮੰਗਾਏ ਮੁੰਡਿਆਂ ਨੇ ਬੋਲਣਾ ਕੀ ਹੈ ਲੋ ਵੀ ਚੱਲੇ ਹੁਣ ਮੁੰਡੇ ਲੱਗੇ ਨਿਕਲਣ ਲਓ ਜੀ ਮੁੰਡੇ ਕਹਿੰਦੇ ਟਰੈਕਟਰ ਦੇ ਮਗਰਾਟਾਂ ਦੇ ਬੈਡ ਨਹੀਂ ਹੁੰਦਾ ਕਹਿੰਦੇ ਗੱਦੀ ਲੈਣੀ ਪੈਣੀ ਆ ਹੁਣ ਇੱਥੇ ਫਰਨੀਚਰ ਵਾਲੇ ਢੂੰਡਦੇ ਕਹਿੰਦੇ ਗੱਦੀ ਕਹਿੰਦੇ ਟਰੈਕਟਰ ਦੇ ਬੈਡ ਨਹੀਂ ਹੁੰਦਾ ਮਗਰਾਟਾਂ ਦੇ ਹਾਂਜੀ ਬੋਲੋ ਸੁੱਖ ਚੈਨ ਦਾ ਸਾਹ ਹੁਣ ਰਾਮ ਪਿਆਰੀ ਨੂੰ ਸਾਹ ਮੜੂ ਸਵਰਗਾਂ 'ਚ ਬੈਠੂਗੇ ਹੁਣ ਰਾਮ ਪਿਆਰੀ ਨੂੰ ਸਾਹ ਮਿਲੂ ਹਲੇ ਵੀ ਅੱਗੇ 250 ਕਿਲੋਮੀਟਰ ਪਿਆ ਜੀ ਲਓ ਜੀ ਗੱਦੀਆਂ ਬਣ ਗਈਆਂ ਹੁਣ ਤੁਰਦੇ ਅੱਗੇ ਨੂੰ ਲਓ ਜੀ ਢਾਬੇ 'ਤੇ ਰੁਕਿਆ ਖਾਣ ਪੀਣ ਕੁਛ ਮੁੰਡੇ ਥੱਕਿਆ ਫੀਲ ਕਰਨ ਲੱਗ ਜਾਂਦੇ ਆ ਸਾਡੇ ਵਾਲੇ ਸਟੈਮੀਨਾ ਘੱਟ ਹੈ ਇਹਨਾਂ ਦਾ ਹੁਣ ਕਹਿੰਦੇ ਖਾ ਪੀ ਕੇ ਤੁਰਨ ਲੱਗਿਆ ਆਹ ਪਿੱਛੇ ਜੇ ਤੁਸੀਂ ਦੇਖੋਗੇ ਇੱਕ ਟਰੈਕਟਰ ਵਾਲਾ ਅੜੀ ਜੀ ਕਰਦਾ ਸੀ ਸੈਨਾ ਮਾਰਦਾ ਸੀ ਕਹਿੰਦਾ ਮੈਂ ਕੱਟ ਦੂੰ ਇਹ ਕਰ ਦੂੰ ਆਹ ਫਿਰ ਸਾਡਾ ਡਰਾਈਵਰ ਬਾਹਲਾ ਗੱਬਾ ਏ ਆਹਨੇ ਹਜੇ ਚੌਥਾ ਤਾਂ ਲਾਇਆ ਹੀ ਨਹੀਂ ਸੀ ਮੈਂ ਫਿਰ ਕਰਤਾ ਕੰਮ ਚਲੋ ਅੱਗੇ ਦਿਖਾਉਂਦੇ ਹਾਂ ਚੱਲਦੇ ਹਾਂ ਇੱਥੋਂ ਬਾਈ ਕਿਲੋਮੀਟਰ ਆ ਗਏ ਹੁਣ ਮੁੰਡੇ ਮੈਪ ਚੈੱਕ ਕਰਦੇ ਹੋਏ ਹੁਣ ਕਿੱਧਰ ਨੂੰ ਜਾਣਾ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ ਪਹਿਲਾਂ ਤਾਂ ਰਸਤੇ ਬਹੁਤ ਵਧੀਆ ਸੀ ਅੱਗੇ ਦੇਖਦੇ ਕਿਵੇਂ ਦੇ ਰਸਤੇ ਆ ਉਹ ਜੀ ਟਰੈਕਟਰ ਇੱਥੇ ਲਾ ਗਏ ਦੋ ਮੁੰਡੇ ਸਾਡੇ ਗਏ ਫੋਨ ਠੀਕ ਕਰਾਉਣ ਉਹਨਾਂ ਦਾ ਫੋਨ ਖਰਾਬ ਹੋ ਗਿਆ ਸੀ ਲਓ ਜੀ ਮੁੰਡਾ ਕਹਿੰਦਾ ਫੋਟੋ ਖਿਚਾਉਣੀ ਟਰੈਕਟਰ ਨਾਲ ਕਹਿੰਦਾ ਪਸੰਦ ਆਇਆ ਕਹਿੰਦਾ ਟਾਇਰ ਇੰਨੇ ਚੌੜੇ ਕਿਹੜਾ ਕਿੱਥੋਂ ਪਵਾਏ ਲਓ ਜੀ ਯੂਪੀ ਜੇ ਆਪਾਂ ਨੇ ਕਰਦੀ ਗੱਗੀ ਬਾਂਸਰੇ ਦੀ ਪ੍ਰਮੋਸ਼ਨ ਮੁੰਡੇ ਕਹਿੰਦੇ ਸਟੰਟ ਦੇਖ ਰਹੇ ਗੱਗੀ ਬਾਂਸਰੇ ਦੇ ਲਓ ਜੀ ਸਾਡੇ ਮੁੰਡੇ ਵੀ ਕਹਿੰਦੇ ਫੋਨ ਠੀਕ ਕਰਾ ਕੇ ਆ ਗਏ ਹੁਣ ਤੁਰਦੇ ਅੱਗੇ ਵੱਲ ਨੂੰ ਸ਼ਾਮ ਤੱਕ ਪਹੁੰਚ ਜੂੰਗੇ
ਜੀ ਇੱਕ ਟੈਂਕੀ ਹੋਰ ਖਾ ਗਿਆ ਕਾਰਤੂਸ ਹੁਣ ਦੂਜੀ ਫੁੱਲ ਕਰਾਉਣ ਲੱਗੇ ਆ ਕਿੰਨਾ ਸਫ਼ਰ ਰਹਿ ਗਿਆ ਸਫ਼ਰ ਰਹਿ ਗਿਆ 180 100 ਕਿਲੋਮੀਟਰ ਹਲੇ ਹੋਰ ਪਿਆ ਚਲੋ ਦੇਖਦੇ ਹਾਂ ਕੀ ਬਣਦਾ ਅੱਗੇ ਦਾ ਜੀ ਜੀ ਤੇਲ ਪਵਾਇਆ ਇੱਥੇ ਸਾਡਾ ਅੰਬਰਸਰੀਆ ਵੀਰ ਮਿਲ ਗਿਆ ਕਹਿੰਦਾ ਬਹਿ ਕੇ ਜਾਓ ਰੈਸਟ ਕਰਕੇ ਜਾਓ ਚਾਹ ਪਾਣੀ ਪੀ ਕੇ ਜਾਇਓ ਕਹਿੰਦਾ ਮੁੰਡੇ ਸਾਡੇ ਵੀ ਥੱਕੇ ਹੋਏ ਨੇ ਵੈਸੇ ਬਸ 100 ਕਿਲੋਮੀਟਰ ਰਹਿ ਗਿਆ ਫਿਰ ਮੰਜ਼ਿਲ 'ਤੇ ਪਹੁੰਚ ਜਾਊਗਾ ਆਪਣੇ ਕੱਲ੍ਹ ਨੂੰ ਸਟੰਟ ਚਲੋ ਮਿਲਦੇ ਹਾਂ ਅੱਗੇ ਉਹ ਜੀ ਚਾਹ ਪਾਣੀ ਅਸੀਂ ਪੀ ਲਈ ਆ ਕਹਿੰਦੇ ਹੁਣ ਅੱਗੇ ਚੱਲਣ ਲੱਗੇ ਹਾਂ ਆ ਵੀਰ ਪੰਜਾਬ ਤੋਂ ਆ ਸ਼ੌਂਕ ਦੇਖੋ ਲਵਾਏ ਪਵਾਉਣ ਦਾ ਗੱਡੀਆਂ ਦਾ ਪੰਜਾਬੀ ਨਹੀਂ ਹੁੰਦਾ ਅੰਬਰਸਰੋਂ ਵੀਰ ਬਹੁਤ ਬਹੁਤ ਧੰਨਵਾਦ ਵੀਰ ਦਾ ਚਾਹ ਪਾਣੀ ਲਈ ਜੀ ਦਿਨ ਛਿਪ ਗਿਆ ਹਨੇਰਾ ਹੋ ਗਿਆ ਕਹਿੰਦੇ ਹਾਲੇ ਵੀ ਰਹਿ ਗਿਆ 20-30 ਕਿਲੋਮੀਟਰ ਅੱਗੇ ਗੱਡੀ ਬੱਸ ਰਹੇ ਹੁਣ ਇਹਨੂੰ ਪਿੱਛੇ ਆ ਰਹੇ ਨੇ ਸਾਡੇ ਨੇ ਕੋਲ ਆਉਣ ਵਾਲੇ 10-15 ਮਿੰਟ ਤੱਕ ਪਹੁੰਚ ਜੂਗੇ ਸਾਡੇ ਕੋਲ ਹਰ ਇੱਕ ਵਾਰ ਫਿਰ ਪ੍ਰੇਮ ਲਓ ਜੀ ਹੁਣ ਚੱਲੇ ਗੱਡੀ 'ਚ ਗੱਡੀ ਬੱਸ ਰਹੇ ਹੁਣ ਇਹਨੂੰ ਪਹੁੰਚ ਗਏ ਹੁਣ ਆ ਚਲਾਉਂਗੇ ਅੱਗੇ ਚਲੋ ਗੁੱਡ ਨਾਈਟ ਹੋ ਗਈ ਕਹਿੰਦੇ ਸੌ ਗਏ ਮੁੰਡੇ ਰਾਤ ਦੇ 12 ਵੱਜ ਗਿਆ ਅਤੇ ਹੁਣ ਵਿਹਲੇ ਹੋਏ ਸੀ ਚਲੋ ਮਿੱਤਰੋ ਹੁਣ ਦਿਓ ਸਾਨੂੰ ਇਜਾਜ਼ਤ ਇਹ ਆਪਾਂ ਦੂਜੇ ਪਾਰਟ ਤੋਂ ਐਂਡ ਕਰਦੇ ਹਾਂ ਅਤੇ ਗੁੱਡ ਨਾਈਟ ਮਿੱਤਰੋ ਠੀਕ ਆ ਜੀ ਮਿਲਦੇ ਹਾਂ ਅਗਲੇ ਵਲੋਗ 'ਚ